तुम देखो जिन्ने बार बाल साहब मुख्यमंत्री बने नजर आया कि नहीं आया। कैप्टन का जब भजाल कर दू मैं हूं भी इन्हें बस सीधा चलिया। अज मैं अखबार पढ़िया कहते मेरे से पर्चा देता जे कैप्टन साहब हिम्मत है मैंने हाथ ला के पढ़ के दिखाओ। भावें कि विधानसभा चोणां 2022 नूं हाले 6 महीने तो भी वध समां पिया है पर सियासी अखाड़े पूरी तरह पक चुके ने। अकाली दल बादल ने चोणां नूं निशाना बना तैयारियां वड्डे पद्धर ते विढ दित्तियां ने। सुखबीर बादल ने वर्करां जोश भरन लई अपने अंदाज च कहा कि हुण बिस्तरा गड्डी विच ही रहेगा ते आउण वाले 6 महीने यानी चोणां तक उह पूरे पंजाब च ਵੱਖ-ਵੱਖ ਥਾਈਂ ਜਾ ਕੇ ਅਕਾਲੀ ਦਲ ਦੀ ਸੈਨਾ ਨੂੰ ਮਜ਼ਬੂਤ ਕਰਦੇ ਰਹਿਣਗੇ। ਇਸ ਕਰਕੇ ਤੁਸੀਂ ਲੰਬੀ ਵਾਲੇ ਤੁਸੀਂ ਜਾਣਦੇ ਹੋ ਤੁਸੀਂ ਦੇਖੋ ਜਿੰਨੇ ਵਾਰ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਨਜ਼ਰ ਆਇਆ ਕਿ ਨਹੀਂ ਆਇਆ। ਕਿਤੇ ਬਿਜਲੀ ਕੱਟ ਹੋਇਆ ਜਿਹੜੀ ਅਗਲੀ ਗੱਲ ਕਹਿਣੀ ਸੀ ਮੈਂ ਕਹਿੰਦਾ ਨਹੀਂ ਮੈਂ ਇੰਪ੍ਰੈਸ ਵਾਲੇ ਹੈਗੇ ਦੇਖੋ ਫਰਕ ਹੁੰਦਾ ਆਪਣੇ ਦੇ ਪਰਾਏ ਚ ਹੁਣ ਫਰਕ ਹੁੰਦਾ ਆਪਣੇ ਦੇ ਪਰਾਏ ਆਹ ਫਰਕ ਹੁੰਦਾ ਤੁਹਾਨੂੰ ਨਾ ਨਹਿਰੀ ਪਾਣੀ ਦੀ ਤੁਸੀਂ ਮਤਲਬ ਮੋਗੇ ਵੀ ਤੁਸੀਂ ਐਂ ਆਉਂਦੇ ਵੀ ਖੇਤਾਂ 'ਚ ਪਾਣੀ ਐਂ ਜਾਂਦਾ ਸੀ ਮਤਲਬ ਬੰਨ ਲਾਉਣੇ ਪੈਂਦੇ ਸੀ ਤੇ ਖਾਲ ਨਵੇਂ ਮੈਂ ਕਹਿੰਦਾ ਕੁਝ ਛੱਡੀ ਨਹੀਂ ਯਾਰ 4 ਸਾਲ 4.5 ਸਾਲ ਇਸ ਕਰਕੇ ਹੁਣ ਇਕੱਲੇ ਰਹਿ ਗਏ 6 ਮਹੀਨੇ ਔਖੇ ਸੌਖੇ ਟਪਾ ਲਓ ਉਹਦੇ ਬਾਅਦ ਇੱਕ ਮੈਂ ਬੇਨਤੀ ਕਰਦਾ ਯਾਰ ਆ ਲੜਾਈ ਤੁਸੀਂ ਤੁਹਾਨੂੰ ਲੜਨੀ ਪੈਣੀ ਹੈ ਲੰਬੀ ਵਾਲਿਓ ਮੇਰੀ ਲੜਾਈ ਕਹਿਣ ਕਿਉਂਕਿ ਤੁਹਾਨੂੰ ਪਤਾ ਹੈ ਕੈਪਟਨ ਦਾ ਭਜਾਲ ਕਰ ਦੂੰ ਮੈਂ ਹੁਣ ਵੀ ਇਹਦੇ ਬਸ ਸਿੱਧਾ ਚੱਲਿਆ ਫਾਜ਼ਿਲਕਾ ਮੈਂ ਹੁਣੀ ਚੱਲਿਆ ਫਾਜ਼ਿਲਕਾ ਫਿਰ ਜਲਾਲਾਬਾਦ ਫਿਰ ਗੁਰੂਹਰ ਸਾਹਿਬ ਫਿਰ ਮੈਂ ਜਲੰਧਰ ਆ ਹੁਣ 6 ਮਹੀਨੇ ਤੇ ਮੈਂ ਤਾਂ ਗੱਡੀ 'ਚ ਰੱਖ ਲਿਆ ਆਪਣੇ ਬਿਸਤਰੇ ਹੁਣ ਤੁਸੀਂ ਘਰ ਤੁਸੀਂ ਜਾਣਾ। ਬੀਤੇ ਦਿਨੀ ਬਿਆਸ 'ਚ ਬਾਦਲ ਵੱਲੋਂ ਮਾਈਨਿੰਗ ਤੇ ਕੀਤੀ ਗਈ ਛਾਪੇਮਾਰੀ ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਿਆ ਤੇ ਖੁੱਲਾ ਚੈਲੰਜ ਕੀਤਾ ਕਿ ਪਰਚਾ ਤਾਂ ਦੇ ਦਿੱਤਾ ਗ੍ਰਿਫਤਾਰ ਕਰਕੇ ਦਿਖਾਇਓ ਜੇਕਰ ਹਿੰਮਤ ਹੈ ਤਾਂ ਹੱਥ ਲਗਾਓ। 2 ਦਿਨ ਪਹਿਲੇ ਮੈਂ ਬਿਆਸ ਨਦੀ ਤੇ ਮੈਂ ਰੇਤੀ ਵਾਲੇ ਫੜੇ ਨਹਿਰ ਬਿਆਸ ਦੇ ਵਿੱਚ ਬਰਮਾ ਲਾ ਕੇ ਕੱਢੀ ਜਾਂਦੇ ਆ ਰੇਤਾ ਹਾਈ ਕੋਰਟ ਨੇ ਆਰਡਰ ਕਰਤੇ ਐਨਜੀਟੀ ਨੇ ਆਰਡਰ ਕਰਤੇ ਕਿ ਤੁਸੀਂ ਰੇਤਾ ਕੱਢ ਨਹੀਂ ਸਕਦੇ ਬਰਮਾ ਪਾ ਕੇ ਨਹਿਰ ਦੇ ਕਿਉਂਕਿ ਕੈਪਟਨ ਕੋਲੇ ਪੈਸਾ ਜਾਂਦਾ ਹੈ। ਤੁਸੀਂ ਹੈਰਾਨ ਰਹਿ ਜਾਓਗੇ ਮੈਂ ਟਰੱਕ ਵਾਲੇ ਪੁੱਛੇ ਇੱਕ ਟਰੱਕ ਵਾਲੇ ਪੁੱਛਿਆ ਤੁਹਾਨੂੰ ਲੈਂਦੇ ਕਿੰਨੇ ਕਹਿੰਦਾ 16,000 ਰੁਪਇਆ ਇੱਕ ਟਰੱਕ ਮਗਰ ਗੁੰਡਾ ਟੈਕਸ ਲੈ ਰਿਹਾ। ਆ ਜਾਓ ਬੀ ਐਸ ਪੀ ਵਾਲੇ ਆਪਣੇ ਵੀਰ ਆਏ ਅੱਗੇ ਲੀਡਰਾਂ ਨੂੰ ਅੱਗੇ ਲੈ ਲਓ ਆਓ ਜੀ ਅੱਗੇ ਆ ਜਾਓ ਇਹਨਾਂ ਦੀ ਬੁਲਾਵੀ ਹੋ ਬਾਗੜੀ ਸਾਹਿਬ ਨੂੰ ਬੇਨਤੀ ਹੈ ਕਿ ਸਮੁੱਚੀ ਲੀਡਰਸ਼ਿਪ ਨੂੰ ਲੈ ਕੇ ਅੱਗੇ ਆ ਜਾਣ ਪ੍ਰਧਾਨ ਸਾਹਿਬ ਵੱਲੋਂ ਸਵਾਗਤ। ਅੱਜ ਮੈਂ ਅਖਬਾਰ ਪੜ੍ਹਿਆ ਕਹਿੰਦੇ ਮੇਰੇ ਤੇ ਪਰਚਾ ਦੇਤਾ ਮੈਂ ਕਿਹਾ ਜੇ ਕੈਪਟਨ ਸਾਹਿਬ ਹਿੰਮਤ ਹੈ ਮੈਨੂੰ ਹੱਥ ਲਾ ਕੇ ਫੜ ਕੇ ਦਿਖਾਓ ਜੇ ਹਿੰਮਤ ਹੈ ਤੁਸੀਂ ਸੋਚਦੇ ਕਿ ਕਪੱਟੇ ਦੇ ਕੇ ਮੈਂ ਕਿਹਾ ਹੁਣ ਤੱਕ ਕੋਈ ਇਹਨਾਂ ਦੀ ਖੱਡ ਨਹੀਂ ਚੱਲਣ ਦਿੰਦੇ ਆਪਾਂ ਠੱਗ ਇੰਨੇ ਵੱਡੇ ਠੱਗ। ਸੁਖਬੀਰ ਬਾਦਲ ਨੇ ਬਸਪਾ ਨਾਲ ਗੱਠਜੋੜ ਨੂੰ ਸਹੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਵਾਰ ਤਾਂ ਬਸਪਾ ਵੀ ਨਾਲ ਆ ਗਈ ਹੈ ਤੇ ਹੁਣ ਪੰਜਾਬ ਦੀ ਕੁਰਸੀ ਕਿਤੇ ਨਹੀਂ ਜਾਣ ਵਾਲੀ ਵੀ ਆਪਣੇ ਨਾਲ ਜੁੜ ਗਈ ਹੈ ਹੁਣ ਤਾਂ ਮੈਂ ਕਹਿੰਦਾ ਸਹੀ ਮੈਂ ਤੇ ਸਭ ਤੋਂ ਵਧੀਆ ਗੱਠਜੋੜ ਮੈਂ ਮੇਰੇ ਸਿਆਸਤ 'ਚ ਹੋਇਆ ਸੀ ਇਹ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦਾ ਗੱਠਜੋੜ ਅਸਲ ਗੁਰੂਆਂ ਦੀ ਸੋਚ ਅਸੀਂ ਗੁਰੂਆਂ ਦੀ ਸੋਚ ਗਰੀਬ ਮਜ਼ਦੂਰ ਸਾਰੇ ਇੱਕ ਝੰਡੇ ਥੱਲੇ ਆ ਗਏ ਹੁਣ ਤੇ ਇਸ ਕਰਕੇ ਆ ਚੋਰਾਂ ਨੂੰ ਭਜਾਈਏ ਕਾਂਗਰਸੀਆਂ ਨੂੰ।